ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਤਸਵੀਰਾਂ ਹੋਲੀ ਸਿਟੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਲੀਸ਼ਾਨ ਰਹਾਇਸ਼ ਤੁਸੀਂ ਦੇਖ ਸਕਦੇ ਹੋ ਬੜੇ ਰੀਜਨਲ ਇਹ ਰਹਾਇਸ਼ ਤੇਰੀ ਤਿਆਰ ਕਰਵਾਈ ਗਈ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ ਆਖਿਆ ਗਿਆ ਸੀ ਬਈ ਫੋਨ ਉਹਨਾਂ ਦੀ ਕਰਮ ਭੂਮੀ ਜਿਹੜੀ ਹੈ ਅੰਮ੍ਰਿਤਸਰੀ ਹੈ ਔਰ ਉੱਥੇ ਹੀ ਜੀਣਗੇ ਤੇ ਉੱਥੇ ਹੀ ਮਰਨਗੇ ਪਰ ਪਿਛਲੇ 2 ਸਾਲ ਤੋਂ ਸਿੱਧੂ ਜਿਹੜੇ ਨੇ ਕੈਬਨਟ ਤੋਂ ਬਾਹਰ ਨੇ ਔਰ 4 ਮਹੀਨੇ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਨਹੀਂ ਆਏ ਆਪਣੀ ਕੋਠੀ 'ਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੋਠੀ 'ਚ ਸਨਾਟਾ ਪਸੜਿਆ ਹੋਇਆ ਹੈ ਜਿੱਥੇ ਕਿ ਰੌਣਕਾਂ ਲੱਗੀਆਂ ਹੁੰਦੀਆਂ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਤਾਂ ਕਾਫੀ ਵੱਡੀ ਗਿਣਤੀ ਵਿੱਚ ਵਰਕਰ ਅਤੇ ਐਮਐਲਏ ਕਾਂਗਰਸੀ ਐਮਐਲਏ ਇੱਥੇ ਪਹੁੰਚਦੇ ਸੀ ਪਰ ਜਦੋਂ ਦੇ ਨਜੋਤ ਸਿੰਘ ਸਿੱਧੂ ਕੈਬਨਿਟ ਚੋਂ ਬਾਹਰ ਨੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨਾਲ ਕੈਪਟਨ ਦਾ ਵਿਵਾਦ ਸ਼ੁਰੂ ਹੋਇਆ ਸ਼ਬਦੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਕਾਂਗਰਸੀ ਵਰਕਰ ਅਤੇ ਲੀਡਰ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਜੋਤ ਸਿੰਘ ਸਿੱਧੂ ਦੀ ਕੋਠੀਆਂ ਨੇ ਜਿੱਥੇ ਕਿ ਹੁਣ ਸਨਾਟਾ ਪਸਰਿਆ ਹੋਇਆ ਹੈ ਔਰ ਆਪ ਵੀ ਖੁਦ ਜਿਹੜੇ ਨੇ ਗੁਰੂ ਨਗਰੀ ਤੋਂ 4 ਮਹੀਨੇ ਤੋਂ ਵਿਮੁਖ ਵਿਖਾਈ ਦੇ ਰਹੇ ਲੱਗਦਾ ਹੈ ਉਹਨਾਂ ਦਾ ਗੁਰੂ ਨਗਰੀ ਤੋਂ ਮੂੰ ਪੰਗ ਹੋ ਗਿਆ ਔਰ ਲਗਾਤਾਰ ਪਟਿਆਲੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਗਾਤਾਰ ਉ ਪੈਸ ਕਾਨਫਰੰਸ ਕਰਕੇ ਸ਼ਬਦੀ ਹਮਲੇ ਬੋਲ ਰਹੇ ਨੇ ਤੋਂ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲਮੀ ਉਹਨਾਂ ਤੇ ਤਾਬੜ ਤੋੜ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਤੋਂ ਉਸ ਤੋਂ ਬਾਅਦ ਲਗਾਤਾਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਦੂਰੀ ਬਣਾਏ ਹੋਏ ਨੇ ਜਦਕਿ ਉਹਨਾਂ ਵੱਲੋਂ ਆਖਿਆ ਗਿਆ ਸੀ ਵੀ ਹੁਣ ਉਹਨਾਂ ਦੀ ਕਰਮ ਭੂਮੀ ਜਿਹੜੀ ਅੰਮ੍ਰਿਤਸਰ ਹੀ ਰਹੇਗੀ ਔਰ ਦੂਜੇ ਪਾਸੇ ਉਹਨਾਂ ਦੇ ਜਿਹੜੇ ਹਲਕੇ ਦੇ ਲੋਕ ਨੇ ਉਹ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੋਣਗੇ ਕਿਉਂਕਿ ਬੜੀਆਂ ਆਸਾਂ ਉਮੀਦਾਂ ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਲੀਡ ਤੋਂ ਐਮਐਲਏ ਬਣਾਈ ਸੀ ਪਰ ਨਵਜੋਤ ਸਿੰਘ ਸਿੱਧੂ ਆਪਣਾ ਹਲਕਾ ਵੀ ਨਹੀਂ ਸਵਾਰ ਸਕੇ ਅਤੇ ਜ਼ਰੂਰ ਹੁਣ ਉਹਨਾਂ ਦੇ ਜਿਹੜੇ ਵੀ ਹਲਕਾ ਵਾਸੀ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੋਣਗੇ ਕੁਝ ਲੋਕ ਵੀ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਵੀ ਕੀ ਕੀ ਉਮੀਦਾਂ ਸੀ ਉਹਨਾਂ ਤੋਂ ਔਰ ਉਹ ਉਮੀਦਾਂ ਤੇ ਨਵਜੋਤ ਸਿੰਘ ਸਿੱਧੂ ਕਿੰਨੇ ਕੁ ਖਰੇ ਉਤਰ ਸਕੇ ਨੇ ਤਾਂ ਅਮਰ ਸਰ ਕਾਂਗਰਸ ਦੇ ਬੁਲਾ ਰਹੇ ਰੋਹਿਤ ਪੂਰੀ ਸਾਡਾਂ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਰੋਹਿਤ ਜੀ ਕੀ ਕਹਿਣਾ ਚਾਹੁੰਦੇ ਹੋ ਨਵਜੋਤ ਸਿੰਘ ਸਿੱਧੂ ਲਗਾਤਾਰ ਗੁਰੂ ਨਗਰ ਅਮਰ ਸਰ ਤੋਂ ਦੂਰ ਚੱਲੇ ਨੇ ਦੇਖੋ ਜੀ ਨਵਜੋਤ ਸਿੰਘ ਸਿੱਧੂ ਜੀ ਬਾਰੇ ਅਸੀਂ ਗੱਲ ਕਰੀ ਉਹ ਪਹਿਲੇ ਵੀ ਜਦੋਂ ਲੁਪਤ ਹੋਏ ਸੀ ਉਦੋਂ ਪਾਕ ਆ ਦੇਖੋ ਅਜ ਤੱਕ ਉਹਨੇ ਹਿੰਦੁਸਤਾਨ ਦੇ ਆਰਮੀ ਚੀਫ ਨੂੰ ਜਫੀ ਨਹੀਂ ਪਾਈ ਪਾਕਿਸਤਾਨ ਦੇ ਆਰਮੀ ਚੀਫ ਨੂੰ ਉਹਨੇ ਜਫੀ ਪਾ ਲਈ ਉਹਦਾ ਕਿਰਦਾਰ ਤੁਹਾਨੂੰ ਮੈਂ ਦੱਸਣਾ ਚਾਹਣਾ ਨਵਜੋਤ ਸਿੰਘ ਸਿੱਧੂ ਜੀ ਕਰਦੇ ਕੀ ਹੈ ਜਦੋਂ ਬੀਜੇਪੀ ਵੱਲੋਂ ਉਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਤੇ ਕਾਂਗਰਸ ਨੂੰ ਗਾਲਾਂ ਕੱਢਦੇ ਸੀਗੇ ਉਸ ਤੋਂ ਬਾਅਦ ਇੱਕ ਵਾਰੀ ਬੀਜੇਪੀ ਪਾਰਟੀ ਨੇ ਅਰੁਣ ਸ਼੍ਰੀ ਅਰੁੰਜ ਰੇਟ ਜੇਟਲੀ ਸਵਰਗੀਏ ਉਹਨਾਂ ਨੂੰ ਇੱਥੋਂ ਖੜਾ ਕਰਤਾ ਤੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਇਹ ਦੋਸਤ ਕੇ ਇਹਨਾਂ ਨੂੰ ਰਾਜ ਸਭਾ ਦੀ ਦਿੱਤੀ ਪਰ ਐ ਮੰਨੇ ਨਹੀਂ ਇਹਨਾਂ ਨੂੰ ਦਿਲ ਤੇ ਲੱਗੀ ਗੱਲ ਇਹ ਭਾਜਪਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਗਏ ਤੇ ਕਾਂਗਰਸ ਪਾਰਟੀ 'ਚ ਚਲ ਗਏ ਇਦਾਂ ਹੀ ਕਾਂਗਰਸ ਪਾਰਟੀ 'ਚ ਉਹ ਉਪ ਮੁੱਖ ਮੰਤਰੀ ਦੀ ਸੀਟ ਤੇ ਬੈਠਣਾ ਜਾਂਦੇ ਸੀ ਕਾਂਗਰਸ ਦੀ ਪ੍ਰਧਾਨਗੀ ਲੈਣਾ ਜਾਂਦੇ ਸੀਗੇ ਲੇਕਿਨ ਆਪਣਾ ਜਿਹੜੇ ਸਾਡੇ ਤੋਂ ਪੁਰਾਣੇ ਲੀਡਰ ਹੈ ਜਿਹੜੇ ਸੀਨੀਅਰ ਲੀਡਰ ਹੈ ਅਜੇ ਉਹਨਾਂ ਦੀ ਟਰਮ ਵਾਈਜ਼ ਉਹ ਨਹੀਂ ਆਏ ਇਹ ਇੰਨਾ ਕਾਲਾ ਪਈ ਜਾ ਰਿਹਾ ਜੋ ਕਿ ਚੰਗੀ ਗੱਲ ਨਹੀਂ ਹੈ ਸਹਯਮ ਰੱਖੇ ਤੇ ਬੜਾ ਕੁਝ ਮਿਲ ਸਕਦਾ ਹੈ ਜੇ ਤੁਸੀਂ ਇਦਾਂ ਹੀ ਪਾਰਟੀਆਂ ਚੇਂਜ ਕਰਦੇ ਰਹੋਗੇ ਪਾਰਟੀਆਂ ਨਾਲ ਵਫਾਦਾਰੀ ਤੇ ਬੇਵਫਾਈਆਂ ਕਰਦੇ ਰਹੋਗੇ ਤੇ ਲੋਕ ਤੁਹਾਨੂੰ ਚੰਗਾ ਨਹੀਂ ਸਮਝੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਨੂੰ ਸੱਤਾ ਦੀ ਲਾਲਸਾ ਤਾਂ ਕਰਕੇ ਪਾਰਟੀਆਂ ਚੇਂਜ ਹੁੰਦੀਆਂ ਬਿਲਕੁਲ ਇਸ ਤੋਂ ਤੁਸੀਂ ਹੋਰ ਜ਼ਿਆਦਾ ਇਤਿਹਾਸ ਪੜ੍ਹ ਕੇ ਦੇਖ ਲਓ ਉਹ ਕੁਰਸੀ ਦੇ ਤੇ ਭੁੱਖਾ ਰਿਆ ਅੱਜ ਅਸੀਂ ਸਿੱਧੂ ਦੀ ਬਾਇਓਗ੍ਰਾਫੀ ਚੈੱਕ ਕਰੀਏ ਸਿੱਧੂ ਹਰ ਜਗ੍ਹਾ ਲਾਲਚ ਦੇ ਸੇਰ ਨੂੰ ਅੱਗੇ ਚਲ ਦੁਰਦਾ ਗਿਆ ਅਗਰ ਉਹਨੂੰ ਸੀਟ ਨਹੀਂ ਮਿਲੀ ਤੇ ਸਬਰ ਕਰਦਾ ਲੇਕਿਨ ਨਹੀਂ ਉਹ ਫਿਰ ਬੀਜੇਪੀ ਦੇ ਅਗੇਂਸਟ ਹੋ ਗਿਆ ਕਾਂਗਰਸ ਦੀ ਪਿਓ ਮਾਂ ਬਣ ਗਏ ਫਿਰ ਅੱਜ ਕਾਂਗਰਸ ਪਾਰਟੀ ਨਹੀਂ ਦੇਂਦੇ ਅੱਜ ਕੈਪਟਨ ਮੂਰਾ ਹੋ ਗਿਆ ਜੋ ਕਿ ਇਹ ਚੰਗੀ ਗੱਲ ਨਹੀਂ ਹੈ ਸਾਨੂੰ ਆਪਣੇ ਵੱਡਿਆਂ ਦਾ ਆਪਣੇ ਸੀਨੀਅਰ ਦਾ ਮਾਨ ਸਨਮਾਨ ਕਰਨਾ ਚਾਹੀਦਾ ਸਾਡੇ ਵੱਡੇ ਵਡੇਰੇ ਇਹੀ ਕਹਿੰਦੇ ਔਰ ਕਾਂਗਰਸ ਇੱਕ ਸੰਵਿਧਾਨਿਕ ਪਾਰਟੀ ਹੈ ਇਹਦੇ ਵਿੱਚ ਵਰਕਰ ਦਾ ਵੀ ਓਨਾ ਹੀ ਸਨਮਾਨ ਹੈ ਚਾਹੇ ਜਿੰਨਾ ਮੰਤਰੀ ਹੈ ਕਿਉਂਕਿ ਦੋਨੋਂ ਇੱਕੋ ਰੈਂਕ ਦੇ ਬੰਦੇ ਆ ਉਹ ਕਾਂਗਰਸ ਪਾਰਟੀ ਨੂੰ ਜੁੜੇ ਆ ਠੀਕ ਹੈ ਨਾ ਜੀ ਅਗਰ ਤੁਸੀਂ ਆਪਣੀ ਫਾਇਦੇ ਲਈ ਬਾਕੀ ਵਰਕਰ ਦਾ ਮਨੋਵਲਟ ਫੁੱਟਣ ਲਈ ਕਾਂਗਰਸ ਪਾਰਟੀ ਦੇ ਖਿਲਾਫ ਕੋਈ ਵਰਡ ਬੋਲੋਗੇ ਉਹ ਕਾਂਗਰਸ ਪਾਰਟੀ ਦਾ ਵਰਕਰ ਉਹਨੂੰ ਪਸੰਦ ਨਹੀਂ ਕਰੇਗਾ ਪਰ ਉਹ ਜੀ ਲਗਾਤਾਰ ਅਨਸ਼ਾਸਨ ਪੰਗ ਕਰਦੇ ਆ ਰਹੇ ਨੇ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਐਮ ਨੇ ਉਹਨਾਂ ਦੇ ਖਿਲਾਫ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਤਾਂ ਕੀ ਸਮਝਦੇ ਹੋ ਅਨਸ਼ਾਸਨ ਤੇ ਦੇਖੋ ਜਦੋਂ ਨੇ ਕਰਨਲ ਚੀਫ ਨਾਲ ਜੱਫੀ ਪਾਈ ਉਦੋਂ ਹੀ ਪੰਗ ਕਰ ਲਿਆ ਉਹ ਸਾਡੇ ਆ ਹਿੰਦੁਸਤਾਨ ਦੀ ਆਰਮੀ ਮਾਰਨ ਦੇ ਆ ਉਹਦੇ ਗੋਲੀਆਂ ਚਲਾਉਂਦੇ ਆ ਪਰਿਵਾਰ ਬੇਜੋੜਾ ਕਰਨਦੇ ਆ ਲੇਕਿਨ ਆ ਜਾ ਕੇ ਪਾਕਿਸਤਾਨ ਤੋਂ ਉਹ ਤੇ ਜੱਫੀਆਂ ਪਾਉਂਦਾ ਉਹਦੇ ਵਿੱਚ ਵੱਡਾ ਕਰਨ ਦੱਸਿਆ ਸੀ ਉਹਨੇ ਵੀ ਲੰਗਾ ਕਰਤਾਪੁਰ ਲੰਗਾ ਖੁਲਾਣਾ ਬੜੀ ਗੱਲ ਕੀਤੀ ਸੀ ਤਾਂ ਤਾਂ ਉਹਨੇ ਲੰਗਾ ਖੁਲਾਇਆ ਵੀ ਲੰਗਾ ਇੱਕ ਅਲੱਗ ਚੀਜ਼ ਆ ਜਨਾਬ ਲੰਗਾ ਖੁਲਾਣਾ ਸਾਰੇ ਧਾਰਮਿਕ ਭਾਵਾਂ ਨੂੰ ਅਸੀਂ ਚੰਗਾ ਕਹਿੰਦੇ ਆ ਉਹ ਧਾਰਮਿਕ ਸਾਡਾ ਮੁੱਦਾ ਸੀਗਾ ਅਗਰ ਉਹਨਾਂ ਨੇ ਖੋਲਿਆ ਤੇ ਬੜੀ ਚੰਗੀ ਗੱਲ ਪਰ ਜੱਫੀ ਪਾਣਾ Imran Khan ਨੂੰ ਪਾ ਲੈਣ ਤੇ ਚੰਗੀ ਗੱਲ ਸੀ ਪਰ ਉਹਦੇ ਨਾਲ ਖੇਡਿਆ ਇਹ ਆਰਮੀ ਚੀਫ ਨੂੰ ਜੱਫੀ ਪਾਣਾ ਜਸਟਿਸ ਨਹੀਂ ਦਿੰਦਾ ਨਵਜੋਤ ਸਿੰਘ ਸਿੱਧੂ ਜੀ ਨੂੰ ਹਲਕਾ ਪੂਰਬੀ ਦੇ ਲੋਕਾਂ ਨੇ ਵੱਡੀ ਲੀਡ ਨਾਲ ਜਤਾਇਆ ਸੀ ਉਹਨਾਂ ਨੇ ਕਿ ਕਰੀਬ 44000 ਵੋਟਾਂ ਦੀ ਲੀਡ ਤੋਂ ਜਿੱਤੇ ਸੀਗੇ ਪਰ ਪੂਰਬੀ ਹਲਕੇ ਦਾ ਵਿਕਾਸ ਨਹੀਂ ਕਰਵਾ ਪਏ ਮੈਂ ਤੁਹਾਨੂੰ ਦੱਸਿਆ ਅਗਰ ਇਤਿਹਾਸ ਫੋਲੀਏ ਤੇ 9000 ਵੋਟਾਂ ਤੋਂ ਐਮਪੀ ਦੀ ਸੀਟ ਜਿੱਤਿਆ ਸੀਗਾ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਚ ਆ ਨਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿਨ ਰਾਤੇ ਕਰਕੇ ਇਹਨੂੰ 40 ਤੋਂ 50 ਹਜ਼ਾਰ ਦੀ ਲੀਡ ਦਿੱਤਾਈ ਅੱਜ ਤੱਕ ਉਹਦੀ ਵਾਈਫ ਵੀ ਉੱਥੇ ਖਲੋਤੀ ਸੀ ਕਦੀ ਇੰਨੀ ਲੀਡ ਨਹੀਂ ਮਿਲੀ ਇਹ ਕਾਂਗਰਸ ਪਾਰਟੀ ਹੈ ਜਿਹੜਾ ਬਾਦੋ ਆਏ ਮਹਿਮਾਨ ਦਾ ਇੰਨਾ ਸਨਮਾਨ ਕਰਦੀ ਆ हां अगर ਤੁਸੀਂ ਵਰਕਰ ਦਾ ਸਨਮਾਨ ਨਹੀਂ ਕਰੋਗੇ ਉਹਦਾ અપਮਾਨ ਕਰੋਗੇ ਤੇ ਚੁੱਕ ਕੇ ਤੁਹਾਨੂੰ ਥੱਲੇ ਵੀ ਸੁੱਟੇਗੀ ਪਟਿਆਲੇ ਵਿੱਚ ਲਗਾਤਾਰ ਕਾਨਫਰੰਸਾਂ ਕਰਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਉਹਨਾਂ ਦੀ ਵਾਈਫ ਜਿਹੜੀ ਨਜੋਦਪੁਰ ਸਿੰਘ ਸਿੱਧੂ ਉੱਥੇ ਵੀ ਪਟਿਆਲੇ ਵਿੱਚ ਲੱਗਦਾ ਹੈ ਫੀਟਲਰ ਦੇ ਚਾਹਵਾਨ ਨੇ ਤੇ ਇੱਕ ਨਜੋਦ ਸਿੰਘ ਸਿੱਧੂ ਨੇ ਆਖੇ ਸੀ ਗੱਲ ਬਈ ਅੰਮ੍ਰਿਤਸਰ ਵਿੱਚ ਹੀ ਰੋਵਾਂਗਾ ਜਨਮ ਮਰਨ ਇੱਥੇ ਹੋਊਗਾ ਕਰਮ ਭੂਮੀ ਅੰਮ੍ਰਿਤਸਰ ਮੇਰੀ। ਕੀ ਆ ਉਸ ਗੱਲ ਤੋਂ ਪਲਟ ਗਏ? ਗੱਲ ਕਿਰਦਾਰ ਦੀ ਹੈ ਦੇਖੋ ਮੈਂ ਤੁਹਾਨੂੰ ਕੀ ਕਹਾਂ ਸ਼ੁਰੂ ਤੋਂ ਉਹਦਾ ਕਿਰਦਾਰ ਇੱਕ ਪਾਸੇ ਬੀਜੇਪੀ ਦੇ ਪਾਰਟੀ ਦੀ ਤਾਰੀਫ ਕਰਦਾ ਸੀਗਾ ਫਿਰ ਜਦੋਂ ਕਾਂਗਰਸ ਚ ਆਇਆ ਫਿਰ ਬੀਜੇਪੀ ਦੀ ਬੁਰੀਾਈ ਕਰਨ ਲੱਪਿਆ ਕਿਰਦਾਰ ਹੀ ਅਗਰ ਇਨਸਾਨ ਦਾ ਇਦਾਂ ਹੋਈ ਜਾਏਗਾ ਆ ਆਪਣਾ ਕਿਰਦਾਰ ਹੋਰ ਵਧੀਆ ਕਰ ਸਕਦੇ ਆ ਅਗਰ ਪਾਰਟੀਆਂ ਨਾ ਬਦਲਣ ਜੇ ਹੋਰ ਜਿਹੜੀ ਆ ਇੱਕ ਬਚੀ-ਹੂਜੀ ਪਾਰਟੀ ਆਮ ਆਦਮੀ ਪਾਰਟੀ ਅਗਰ ਇਹਦਾ ਵੀ ਬੇੜਾ ਕਰ ਕਰਨਾ ਤਾਂ ਚਲ ਜੇ ਸਾਨੂੰ ਕੀ ਦਿੱਕਤ ਸਾਨੂੰ ਕੋਈ ਇਤਰਾਜ਼ ਨਹੀਂ ਉਹ ਉਹਦੀ ਸਾਡੇ ਵੱਲੋਂ ਜਾ ਸਕਦਾ ਹਾਂ ਤਾਂ ਇਹਨਾਂ ਕਾਂਗਰਸ ਦੇ ਬੁਲਾ ਰਹੇ ਰੋਹਿਤ ਪੂਰੀ ਜਿਨ ਨੇ ਆਖਿਆ ਵੀ ਨਵਜੋਤ ਸਿੰਘ ਸਿੱਧੂ ਸਿਰਫ ਸੱਤਾ ਦੀ ਲਾਲਸਾ ਲੈ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਭਾਜਪਾ ਦਾ ਦਮਨ ਫੜਿਆ ਸੀ ਉੱਤੋਂ ਉਸ ਤੋਂ ਬਾਅਦ ਜਦੋਂ ਭਾਜਪਾ ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਕਾਂਗਰਸ ਵਿੱਚ ਆ ਗਏ ਪਰ ਹੁਣ ਕਾਂਗਰਸ ਵਿੱਚ ਵੀ ਕੋਈ ਉਹਨਾਂ ਨੂੰ ਆਪਣਾ ਵਕਾਰ ਨਜ਼ਰ ਨਹੀਂ ਵਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਖੋਦੇ ਲੈਣ ਲੱਗੇ ਹੋਏ ਨੇ 2 ਸਾਲ ਤੋਂ ਤਾਂ ਉਸ ਤੋਂ ਬਾਅਦ ਹੁਣ ਇਹੀ ਆਖਿਆ ਜਾ ਰਿਹਾ ਵੀ ਸ਼ਾਇਦ ਉਹ ਹੋਰ ਪਾਰਟੀ 'ਚ ਵੀ ਜਾਣਾ ਚਾਣਗੇ ਸਿਰਫ ਸੱਤਾ ਦੀ ਲਾਲਸਾ ਕਰਕੇ ਹੀ ਜਾਣਾ ਚਾਣਗੇ ਉਹ ਜਾ ਸਕਦੇ ਨੇ ਇਸ ਲਈ ਲਗਾਤਾਰ ਜਿੱਥੇ ਕਿ ਕਾਂਗਰਸ ਵਰਕਰ ਵੀ ਉਹਨਾਂ ਤੋਂ ਨਰਾਜ਼ ਨਜ਼ਰ ਆ ਰਹੇ ਨੇ ਲੀਡਰ ਵੀ ਨਰਾਜ਼ ਨਜ਼ਰ ਆ ਰਹੇ ਨੇ ਔਰ ਖੁੱਲਕੇ ਹੁਣ ਲੀਡਰ ਵੀ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਗਏ ਨੇ ਕਮਾਪਸਨ ਮੁਕੇਸ਼ ਬਾਵਨਾ ਸਿਕੰਦਰ ਪਸਰੀਚਾ ਧਨਿਕ ਸੂਰਤ ਟੀਵੀ ਅਮਰਸਰ ਮੀਆ ਰਫੀਕ ਮੁਹੰਮਦ ਸਾਰਿਆਂ ਥਾਮ ਤੋਂ مایੁਸ ਅਤੇ ਨਿਰਾਸ਼ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਤੋਂ ਪੰਚ ਚੈਲੰਜ ਇਲਮਾ ਦੇ ਮਾਹਿਰ A ਤੋਂ Z ਸਮੱਸਿਆਵਾਂ ਮ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ਿਕਰਣ ਅਤੇ ਮੁਟਕਰਨੀ ਲੰਬ ਮੈਰਿਜ ਸੋਤਨ ਅਤੇ ਦੁਸ਼ਮਨ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚੰਨ ਬੰਨ ਜਾਦੂ ਟੋਣਾ 488437494648 राधे शर्मा चमत्कार होंगे अपनी अखा के सामने चौवी घंटे तो तो विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 85 588 38 617